ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਕੈਪਟਨ ਮਰਿੰਦਰ ਸਿੰਘ ਦੀ ਜਿਹੜੇ ਭਾਪੀ ਦੇ ਵਿੱਚ ਸ਼ਾਮਲ ਹੋਏ ਆ ਤੇ ਸਾਡੇ ਜਿਹੜੇ ਪੰਜਾਬ ਦੇ ਮੀਡੀਆ ਚੈਨਲ ਆ ਉਹਨਾਂ ਨੇ ਉਹ ਕੈਪਟਨ ਸਾਹਿਬ ਦੀ ਫੋਟੋ ਚੱਕ ਕੇ ਤੇ ਉਹਨਾਂ ਦਾ ਜਿਹੜਾ ਹਾਕੀ ਬਾਲ ਚੋ ਨਿਸ਼ਾਨ ਚੱਕ ਕੇ ਲੋਕਾਂ ਦੀ ਰਾਏ ਲਈ ਆ ਕਿ ਤੁਸੀਂ ਕੈਪਟਨ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਤੇ ਕੀ ਆਲਦੀ ਰਾਏ ਦਿਓਗੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਬਾਅਦ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਕੱਲ੍ਹ ਦਿਖ ਰਹੀ ਬ੍ਰਦਰ ਉਹਨਾ ਤੁਹਾਨੂੰ ਦਿਖਾ ਦਿੱਤਾ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਤੇ ਮੈਂ ਇੱਥੇ ਵੀ ਕਹਿਣੀ ਚਾਹੁੰਗਾ ਗੱਲ ਕਿ ਇਹ ਤਾਂ ਪਹਿਲੇ ਬੀਜੇਪੀ ਦੇ ਵਿੱਚ ਸੀ ਇਹ ਬੀਜੇਪੀ ਤੋਂ ਬਾਹਰ ਕਦੋਂ ਸੀ ਜੇਕਰ ਇਹ ਬੀਜੇਪੀ ਦੇ ਵਿੱਚ ਨਾ ਹੁੰਦੇ ਤੇ ਅੱਜ ਕਾਂਗਰਸ ਦਾ ਪੰਜਾਬ ਦੇ ਵਿੱਚ ਹਾਲ ਇਹ ਨਹੀਂ ਹੁੰਨਾ ਸੀ ਮੈਂ ਇਹ ਵੀ ਦੱਸ ਦੇਵਾਂ ਜਿਹੜੇ ਮੀਡੀਆ ਚੈਨਲ ਵਾਲੇ ਪੁੱਛ ਰਹੇ ਆ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਕੈਪਟਨ ਸਾਹਮਣੇ ਵੀ ਓਵੇਂ ਕੀਤਾ ਜਿਵੇਂ ਕਿਸੇ ਮੀਡੀਆ ਰਿਪੋਰਟਰ ਦੀ ਤਨਖਾਹ 13000 ਹੋਵੇ ਤੇ ਦੂਜੇ ਚੈਨਲ ਨੂੰ 23000 ਦੇਵੇ ਤਾਂ ਉਹ ਦੂਜੇ ਚੈਨਲ ਦੇ ਵਿੱਚ ਜਾ ਵੜਦਾ ਇਹ ਕੈਪਟਨ ਸਾਹਮਣੇ ਵੀ ਉਵੇਂ ਹੀ ਕੀਤਾ ਜਿਵੇਂ ਇੱਕ ਕੋਈ ਸਰਕਾਰੀ ਨੌਕਰੀ ਤੇ ਲੱਗਿਆ ਹੁੰਦਾ ਤੇ ਉਹਦੀ ਤਨਖਾਹ ਘੱਟ ਹੁੰਦੀ ਆ ਉਹਨੂੰ ਪਤਾ ਲੱਗਦਾ ਵੀ ਮੈਂ ਦੂਜੀ ਤਨਖਾਹ ਤੇ ਨੌਕਰੀ ਤੇ ਜਾਊਂਗਾ ਮੇਰੀ ਤਨਖਾਹ ਵੀ ਵੱਧ ਹੋਊਗੀ ਤੇ ਉਹ ਜਾ ਕੇ ਦੂਜੀ ਤਨਖਾਹ ਮਤਲਬ ਪੜ੍ਹਾਈ ਕਰਕੇ ਉਹ ਦੂਜੀ ਨੌਕਰੀ ਜਿਹੜਾ ਕਿ ਦੂਜੀ ਨੌਕਰੀ ਕਰਨ ਲੱਗ ਜਾਂਦੇ ਆ ਉਹਨਾਂ ਦੀ ਤਨਖਾਹ ਵੀ ਵੱਧ ਜਾਂਦੀ ਆ ਉਹਨਾਂ ਦਾ ਅਹੁਦਾ ਵੀ ਵੱਜ ਜਾਂਦਾ ਉਹਨੂੰ ਕੋਈ ਡਿਊਟੀ ਨਾਲ ਨਹੀਂ ਉਸੇ ਤਰ੍ਹਾਂ ਜਿਵੇਂ ਇੱਕ ਮਜ਼ਦੂਰ ਉਹਨੂੰ ਦਿਹਾੜੀ ਦਿੱਤੀ ਜਾਂਦੀ ਆ 250 300 ਰੁਪਏ ਤੇ ਜਦੋਂ ਉਹਨੂੰ ਦੂਜੇ ਪਾਸੋਂ 400 ਰੁਪਏ ਮਿਲਦਾ ਉਹ ਜਾ ਕੇ ਦੂਜੇ ਪਾਸੇ 400 ਤੇ ਦਿਹਾੜੀ ਕਰਦਾ ਉਵੇਂ ਇੱਕ ਜਿਹੜਾ ਪ੍ਰਾਈਵੇਟ ਨੌਕਰੀ ਕਰਦਾ ਜਦੋਂ ਉਹਨੂੰ ਕੋਈ 7-8000 ਰੁਪਏ ਤੇ ਰੱਖਿਆ ਹੋਵੇ ਉਹਨੂੰ 12000 ਮਿਲਦੀ ਤੇ ਉਹ ਵੀ ਦੂਜੀ ਜਾ ਕੇ ਕੰਪਨੀ ਜੁਆਇਨ ਕਰਦਾ ਉਸੇ ਤਰ੍ਹਾਂ ਕਿਸਾਨ ਜਿਵੇਂ ਉਹਦੀ ਫਸਲ ਨੂੰ ਕਿਸੇ ਇੱਕ ਥਾਂ ਤੇ 5000 ਖਰੀਦਿਆ ਜਾਵੇ ਤਾਂ ਦੂਜੇ ਥਾਂ ਤੇ ਜਾਊਗਾ 7000 ਵੇਚਣ ਨੂੰ ਉਸੇ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਨੂੰ ਆਪਦੇ ਘਰ ਦੀ ਪਈਆ ਪੰਜਾਬ ਦੇ ਲੋਕਾਂ ਦੀ ਨਹੀਂ ਪਈ ਇੱਥੋਂ ਇੱਕ ਇਤਿਹਾਸ ਵੇਖ ਲਓ ਕਿ ਜਿਹੜਾ ਬੰਦਾ ਮੈਂ ਜੋ ਕਾ ਬੀਜੇਪੀ ਨੂੰ ਕਹਿਣਾ ਚਾਹੂੰਗਾ ਕਿ ਉਹੀ ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਬੀਜੇਪੀ ਦੇ ਲੋਕੋ ਜਿਹੜੇ ਬੀਜੇਪੀ ਦਾ ਪ੍ਰਚਾਰ ਕਰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਕੁਝ ਨਹੀਂ ਕਰ ਰਹੀ ਤੇ ਉਹਦੇ ਮੁੱਖ ਮੰਤਰੀ ਹੁੰਦੇ ਸੀ ਕੈਪਟਨ ਸਾਹਿਬ ਅੱਜੇ ਉਹੀ ਕੈਪਟਨ ਸਾਹਿਬ ਤੁਹਾਡੇ ਵਿੱਚ ਆ ਰਹੇ ਆ ਸਾਨੂੰ ਇਹ ਵੀ ਨਹੀਂ ਪਤਾ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬੀਜੇਪੀ ਲਾ ਕੇ ਪੰਜਾਬ ਦੇ ਵਿੱਚ ਖੜਾ ਕਰ ਦੇਵੇ ਉਸੇ ਤਰ੍ਹਾਂ ਕੈਪਟਨ ਸਾਹਿਬ ਦੀ ਵਾਈਫ ਬੀਬਾ ਆਪਣੇ ਮਾਤਾ ਪਰਨੀਤ ਕੌਰ ਜੀ 2019 ਦੇ ਐਮਪੀ ਬਣੇ ਤੇ ਅੱਜ ਇਹ ਸਵਾਲ ਚੱਕਣ ਲੱਗ ਗਏ ਸੀ ਕਿ ਤੁਹਾਡੀ ਸਰਕਾਰ ਨੇ ਆਹ ਨਹੀਂ ਕੀਤਾ ਪੰਜਾਬ ਸਰਕਾਰ ਨੂੰ ਕਹਿੰਦੇ ਸੀ ਯਾਰ ਰੁਪਇਆ ਕਿੱਥੇ ਆ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਡੀਆਂ ਨੌਕਰੀਆਂ ਘਰ ਘਰ ਆ ਲੈਣਾ ਕਿੱਥੇ ਆ ਤੁਹਾਡਾ 2500 ਪੱਤਾ ਕਿੱਥੇ ਆ ਤੁਹਾਡਾ ਉਹ ਬੇਰੋਜ਼ਗਾਰੀ ਵਾਲੇ ਕਾਰਡ ਦਿੱਤੇ ਸੀ ਲੋਕਾਂ ਨੂੰ ਰੋਜ਼ਗਾਰ ਦੇਣਾ ਸੀ ਉਹ ਕਾਰਡ ਕਿੱਥੇ ਆ ਜਿਹੜੀਆਂ ਤੁਸੀਂ ਪੈਨਸ਼ਨਾਂ ਵਧਾਉਣ ਦੀ ਗੱਲ ਕਰਦੇ ਸੀ ਉਹ ਪੈਨਸ਼ਨਾਂ ਵਧਾਉਣ ਵਾਲੇ ਤੁਹਾਡੇ ਕੰਮ ਕਿੱਥੇ ਆ ਬੀਬਾ ਪ੍ਰਨੀਤ ਕੌਰ ਜੀ ਅੱਜ ਤੱਕ ਮੈਂ ਭਾਜਪੀ ਤੇ ਬੋਲਦੇ ਨਹੀਂ ਵੇਖੇ ਬੀਜੇਪੀ ਤੇ ਕੀ ਬੋਲਣਾ ਮੈਂ ਕਮਾ ਬੀਬਾ ਜੀ ਦੇ ਕਦੇ ਬਿਆਨ ਤੱਕ ਨਹੀਂ ਸੁਨੇ ਔਰ ਮੈਂ ਕਹਾਂ ਇਹਨਾਂ ਦੀ ਲੜਾਈ ਲੋਕਾਂ ਦੇ ਨਾਲ ਨਹੀਂਗੀ ਪੰਜਾਬ ਦੇ ਲੋਕਾਂ ਨੂੰ ਵੀ ਕਹਿ ਰਿਹਾ ਮੈਂ ਮੀਡੀਆ ਨੂੰ ਵੀ ਕਹਿ ਰਿਹਾ ਕੈਪਟਨ ਕੀ ਲੜਾਈ ਇਹ ਰਾਜੇ ਮਹਾਰਾਜੇ ਸੀ ਇਹਨਾਂ ਦੀ ਕੁਰਸੀ ਤੱਕ ਦੀ ਲੜਾਈ ਸੀ ਔਰ ਕੁਰਸੀ ਤੱਕ ਲੜਾਈ ਹੈ ਜਦੋਂ ਕਾਂਗਰਸ ਨੇ ਦੂਜਾ ਮੁੱਖ ਮੰਤਰੀ ਲਾਇਆ ਤੇ ਇਹਨਾਂ ਨੂੰ ਕਿਹਾ ਅਸਤੀਫਾ ਦੇਣਾ ਪਿਆ ਇਹਨਾਂ ਨੂੰ ਆਪਦੀ ਮੰਤਰੀਪਾਦ ਤੋਂ ਤੇ ਇਹਨਾਂ ਨੇ ਜਾ ਕੇ ਆਪਦੀ ਪਾਰਟੀ ਬਣਾਈ ਤਾਂ ਵੀ ਪ੍ਰਧਾਨ ਬਣੇ ਤੇ ਹੈ ਤਾਂ ਬੀਜੇਪੀ ਦੇ ਇੰਡਰੀ ਸੀ ਅੱਜ ਵੀ ਇਹ ਬੀਜੇਪੀ ਦੇ ਵਿੱਚ ਸ਼ਾਮਲ ਆਇਆ ਤਾਂ ਕੰਫਰਮ ਹੋਇਆ ਤੁਹਾਨੂੰ ਕਿ ਵਾਕਈ ਕੈਪਟਨ ਸਾਹਿਬ ਬੀਜੇਪੀ ਦੇ ਸੀ ਅੱਜ ਗਏ ਕਿਹੜੇ ਹਿਸਾਬ ਦੇ ਨਾਲ ਕਿਸੇ ਟਾਈਮ ਤੇ ਸਵਾਲ ਚੱਕਦੇ ਹੁੰਦੇ ਸੀ ਮੈਂ ਇੱਥੇ ਲੋਕਾਂ ਨੂੰ ਕਹਿਣਾ ਚਾਹੁੰਗਾ ਮੈਂ ਕਹਾਂ ਕਿ ਯਾਰ ਮੈਂ ਸਵਾਲ ਇੱਥੇ ਕਰਾਂ ਕੀ ਇੱਥੇ ਸਾਡੀ ਮੀਡੀਆ ਵੀ ਜ਼ਿੰਮੇਵਾਰ ਆ ਚੌਥਾ ਥੰਮ ਕਿਹਾ ਜਾਣ ਵਾਲੀ ਚੀਜ਼ ਨੂੰ ਲੋਕਤੰਤਰ ਦਾ ਉਹਨੇ ਅੱਜ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਹੀ ਨਹੀਂ ਫਿੱਟੇ ਲੰਤ ਉਹ ਜੀ মিডিਆ ਦੇ ਮੈਂ ਸਾਰੀਆਂ মিডিਆ ਨੂੰ ਨਹੀਂ ਕਹਿ ਰਿਹਾ ਨੋਟ ਰੱਖੋ ਜੇ ਤੁਸੀਂ ਵੇਖਿਆ ਹੁਣ ਕਈ মিডিਆ ਚੈਨਲ ਕਿਕਰਾਂ ਦੀਆਂ ਫੋਟੋ ਪਾਉਂਦੀ ਆ ਜਿਹੜੇ ਪੰਜਾਬ ਦੇ ਵਿੱਚ ਕਿਕਰਾਂ ਇੱਥੇ ਨੇੜੇ ਤੇਰੇ ਹੋਣ ਤਾਂ ਕਿਕਰਾਂ ਨੂੰ ਇੱਕ ਫਲ ਲੱਗਦਾ ਉਹ ਕੀ ਲੱਗਦਾ ਤੁੱਕੇ ਲੱਗਦੇ ਆ ਤਾਂ ਸਾਨੂੰ ਪੁੱਛਿਆ ਜਾਊਗਾ ਕਿ ਭਾਈ ਸਾਹਿਬ ਜਿਹੜਾ ਕਿਕਰ ਤੇ ਲੱਗਣ ਵਾਲੇ ਤੁੱਕਿਆਂ ਨੂੰ ਕੀ ਆ ਮਤਲਬ ਫਲ ਨੂੰ ਕੀ ਆਂਦੇ ਆ ਉਹ ਭਲਿਆ ਮਨਸਾ ਨੂੰ ਤੁੱਕੇ ਆਂਦੇ ਆ ਤੁਸੀਂ ਪੁੱਛਦੇ ਆ ਕਿ ਫਲਾਨੇ ਮੰਤ ਤੁਸੀਂ ਦੱਸਦੇ ਆ ਸਾਨੂੰ ਫਲਾਨੇ ਮੰਤਰੀ ਨੂੰ ਅੰਬ ਖਾਣੇ ਚੰਗੇ ਲੱਗਦੇ ਆ ਤੇ ਭਲੇ ਮਾਨਸਾ ਅੰਬ ਕਿਹਨੂੰ ਮਾਰੇ ਲੱਗਦੇ ਆ ਜਿਹਨੂੰ ਮਾਫਕੋ ਸਾਰੇ ਖਾਂਦੇ ਆ ਇਸ ਤਰ੍ਹਾਂ ਸਾਡੀ ਮੀਡੀਆ ਨੇ ਵੀ ਸਾਡਾ ਕਰਤਾਰ ਚੰਗਾ ਨਹੀਂ ਨਿਭਾ ਰਹੀ ਸਾਡੇ ਦੇਸ਼ ਦੇ ਵਿੱਚ ਬੜੇ ਚੰਗੇ ਮੰਤਰੀ ਬੈਠੇ ਆ ਬੜੇ ਚੰਗੇ ਪੱਤਰਕਾਰ ਬੈਠੇ ਆ ਬੜੇ ਚੰਗੇ ਪੁਲਿਸ ਵਾਲੇ ਬੈਠੇ ਆ ਬੜੇ ਚੰਗੇ ਵਕੀਲ ਬੈਠੇ ਆ ਬੜੇ ਚੰਗੇ ਕਿਸਾਨ ਬੈਠੇ ਆ ਬੜੇ ਚੰਗੇ ਡੀਸੀ ਸਾਹਿਬਾਨ ਬੈਠੇ ਆ ਬੜੇ ਚੰਗੇ ਜੱਜ ਬੈਠੇ ਆ ਜੇਕਰ ਇਹਨਾਂ ਵਿੱਚੋਂ ਕੁਝ ਨਾ ਕੁਝ ਚੰਗਾ ਚੱਲ ਰਿਹਾ ਤਾਂ ਅੱਜ ਦੇਸ਼ ਦੇ ਜਿਹੜੇ ਲੋਕ ਆ ਮਾੜਾ ਮੋਟਾ ਘਰੇ ਪੈ ਜਾਂਦੇ ਆ ਜਿੱਦੇ ਇਹਨਾਂ ਵਿੱਚੋਂ ਚੰਗੇ ਨਾ ਰੇ ਉਹਦੇ ਕਿਸੇ ਨੂੰ ਖੜਨ ਤੱਕ ਨਹੀਂ ਦੇਣਾ ਇੱਥੇ ਪਰ ਮੇਰੀ ਇੱਥੇ মিডিਆ ਨੂੰ ਸਾਡੇ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਤੁਹਾਡੇ ਸਾਹਮਣੇ ਸ਼ੀਸ਼ਾ ਆ ਗਿਆ ਅੱਜ ਵੀ ਕੈਪਟਨ ਸਾਹਿਬ ਜਦੋਂ 2024 ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਭਾਜਪੀ ਦੇ ਐਮਪੀ ਖੜਾਇਆ ਜਾਊਗਾ ਕਾ ਪੰਜਾਬ ਦੇ ਲੋਕਾਂ ਨੇ ਪ੍ਰਚਾਰ ਕਰਨ ਇਹਨਾਂ ਦਾ ਅਫਸੋਸ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਲੋਕ ਆ ਉਹ ਇਹਨਾਂ ਤੇ ਉਂਗਲਾ ਨਹੀਂ ਚੱਕਦੇ ਉਹ ਮੇਰੇ ਅਰਗੇ ਬੋਲਣ ਤੇ ਉਂਗਲਾ ਚੱਕਦੇ ਵੀ ਇਹ ਕਿਉਂ ਭੌਂਕੀ ਜਾਂਦਾ ਇਹ ਕਿਉਂ ਬੋਲੀ ਜਾਂਦਾ ਉਹ ਤਾਂ ਰਾਜੇ ਲੋਕ ਆ ਯਾਰ ਉਹ ਰਾਜੇ ਲੋਕ ਆ ਤੇ ਉਹਨਾਂ ਨੂੰ ਕਹੋ ਸਾਡੇ ਨਾਲ ਅਤਿਆਚਾਰ ਕਰਨਾ ਥੋੜੀ ਲੜਾਈ ਕੁਰਸੀ ਦੀ ਆ ਇੱਥੋਂ ਕਨਫਰਮ ਪਤਾ ਲੱਗ ਗਿਆ ਅੱਛਾ ਕਾਂਗਰਸ ਦੇ ਵਿੱਚ ਇਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਕੀ ਗਾਰੰਟੀ ਹੈ ਜਾ ਕੇ ਭਾਜਪਾ ਦੇ ਵਿੱਚ ਜਾ ਕੇ ਕੰਮ ਕਰਨਗੇ ਉਹ ਲੋਕ ਰੌਲਾ ਪਾਉਂਦੇ ਹੁੰਦੇ ਸੀ ਜਦੋਂ ਇਹ ਮੁੱਖ ਮੰਤਰੀ ਹੁੰਦੇ ਸੀ ਅਗੇ ਸਾਨੂੰ ਰੇਤੇ ਦੀ ਟਰਾਲੀ 3000 ਨੂੰ ਮਿਲਦੀ 4 ਨੂੰ ਮਿਲਦੀ ਆ ਉਹ ਭਾਈ ਸਾਹਿਬ ਕੈਪਟਨ ਸਾਹਿਬ ਦੇ ਭਾਵੇਂ ਕੈਪਟਨ ਸਾਹਿਬ ਵੱਲੋਂ ਤਾਂ ਭਾਵੇਂ ਤੁਹਾਨੂੰ ਰੇਤੇ ਦੀ ਟਰਾਲੀ 50000 ਦੀ ਮਿਲੇ ਉਹਨੇ ਕਿਹੜਾ ਮੁੱਲ ਖਰੀਦਣਾ ਉਹਨਾਂ ਘਰੇ ਤਾਂ ਫੰਡਾ ਤੌਰ ਤੇ ਜਾ ਵੜਨਾ ਉਹਨਾਂ ਤੌਰ ਤੇ ਜਿਹੜਾ ਡਾਕਟਰਾਂ ਦੀ ਪਰਚੀ ਆ ਜਿਹੜਾ ਜਾਂ ਡਾਕਟਰ ਪ੍ਰਾਈਵੇਟ ਇਲਾਜ ਕਰਾਉਣੇ ਆਪਣਾ ਭਲਾ ਜਿੱਥੇ ਹਜ਼ਾਰਾਂ ਦਾ ਆਪਾਂ ਮੰਗ ਕੇ ਕਰਾਉਨੇ ਉੱਥੇ ਭਲਾ ਲੱਖਾਂ ਦਾ ਕਰਾਈ ਉਹਨਾਂ ਨੂੰ ਕੀ ਲੋੜ ਉਹਨਾਂ ਤਾਂ ਖਜ਼ਾਨੇ 'ਚ ਹੋਣਾ ਭਾਈ ਸਾਹਿਬ ਤੁਹਾਡੀ ਲੜਾਈ ਕੋਈ ਨਹੀਂ ਲੜ ਰਿਆ ਲੜਾਈ ਤੁਹਾਡੀ ਲੜਨ ਵਾਲਾ ਹੈ ਹੀ ਕੋਈ ਨਹੀਂ ਸਾਰੀ ਲੜਾਈ ਕੁਰਸੀਆਂ ਦੀ ਆ ਕੁਰਸੀ ਪਿੱਛੇ ਲੜਾਈ ਚੱਲ ਰਹੀ ਆ ਅੱਜ ਮੈਂ ਉਹਨਾਂ ਬੰਦਿਆਂ ਨੂੰ ਪੁੱਛਣਾ ਚਾਹੂੰਗਾ ਜਿਹੜੇ ਬੀਜੇਪੀ ਦੇ ਵਿੱਚ ਸੀ ਔਰ ਕੈਪਟਨ ਸਾਹਿਬ ਜਦੋਂ ਕਾਂਗਰਸ ਨੂੰ ਮਾੜਾ ਕਹਿੰਦੇ ਹੋਣਗੇ ਤੇ ਹੋ ਸਕਦਾ ਉਦੋਂ ਤੁਹਾਡੇ ਕੋਈ ਕਾਂਗਰਸੀਆਂ ਦੇ ਨਾਲ ਚੜਾ ਟੜਾ ਹੋਏ ਹੋਣ ਉਹਨੂੰ ਦੋ ਮਤਲਬ ਮਾੜਾ ਮੋਟਾ ਕੋਈ ਬੋਲਾ ਚੱਲ ਨਹੀਂ ਹੋਈ ਹੋਵੇ ਤਾਂ ਜਿਹੜੇ ਲੋਕਾਂ ਦਾ ਉਹ ਕਾਂਗਰਸ ਕਰਕੇ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਜਿੰਨੇ ਜਿਹੜੇ ਕੋਈ ਜੇਲ੍ਹ ਦੇ ਵਿੱਚ ਗਏ ਹੋਣਗੇ ਜਾਂ ਜਿੱਤੇ ਪਰਚਾ ਹੋਇਆ ਹੋਊਗਾ ਉਹਨਾਂ ਦੀ ਫੱਟੀਆਂ ਹੀ ਤਾਂ ਕਿੱਲ ਲੱਗ ਗਈ ਤੁਸੀਂ ਅੱਜ ਇਹਨੂੰ ਪਾਰਟੀ ਦੇ ਵਿੱਚ ਵਾੜ ਲਿਆ ਮੈਨੂੰ ਇੱਕ ਬੰਦਾ ਕਹਿੰਦਾ ਯਾਰ ਇਹਨਾਂ ਨੂੰ ਕੋਈ ਪੁੱਛਦਾ ਪੁੱਛਦਾ ਨਹੀਂ ਵੀ ਇਹਨੂੰ ਪਾਰਟੀ ਚ ਕਿਉਂ ਵਾੜ ਲਿਆ ਮੈਂ ਕਿ ਉਹਨਾਂ ਦੀ ਕਿਹੜਾ ਲੜਾਈ ਲੋਕਾਂ ਨਾਲ ਆ ਜੇ ਲੋਕਾਂ ਨਾਲ ਲੜਾਈ ਹੋਵੇ ਜੇ ਲੋਕਾਂ ਪਿੱਛੇ ਹੋਵੇ ਤਾਂ ਤਾਂ ਗੱਲ ਹੋਵੇ ਜਦੋਂ ਉਹਨਾਂ ਦੀ ਲੜਾਈ ਪੜਿਆ ਮਾਨਸਾ ਕੁਰਸਿੰਘਾ ਦੇ ਨਾਲ ਆ ਉਹਨਾਂ ਦੀ ਲੜਾਈ ਗੱਡੀਆਂ ਦੇ ਨਾਲ ਆ ਉਹਨਾਂ ਦੀ ਲੜਾਈ ਚਿੱਟੇ ਕੁਰਤੇ ਪਿਆਮਿਆਂ ਦੇ ਨਾਲ ਆ ਵੀ ਸਾਨੂੰ ਪਹਿਣਾ ਚਾਹੀਦਾ ਸਾਡੇ ਹੋਣਾ ਚਾਹੀਦਾ ਅਗਲਾ ਪਲਾ ਨੰਗਾ ਤੁਰਿਆ ਫਿਰ ਸਾਨੂੰ ਕੋਈ ਦਿੱਕਤ ਨਹੀਂ ਤਾਂ ਥੋੜੀ ਤਾਂ ਇਹ ਗੱਲ ਹੀ ਨਹੀਂ ਕਿ ਕੋਈ ਤੁਹਾਡੇ ਪਿੱਛੇ ਲੜ ਕੋਣ ਰਿਹਾ ਬੀਬਾ ਪ੍ਰਨੀਤ ਕੌਰ ਜੀ 2024 ਦੇ ਵਿੱਚ MP ਬਣ ਜਾਣਗੇ ਕੈਪਟਨ ਮਰਿੰਦਰ ਸਿੰਘ ਜੀ MP ਬਣ ਜਾਣਗੇ ਤਾਂ ਇਹਨਾਂ ਦੀ ਲੜਾਈ ਲੋਕਾਂ ਨਾਲ ਹੈ ਹੀ ਨਹੀਂਗੀ ਤੁਸੀਂ ਪੰਜਾਬ ਦੇ ਲੋਕੋ ਅੱਗੇ ਕੈਪਟਨ ਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਵੇਖ ਲਿਆ ਥੋੜਾ ਇਹਨੇ ਢੱਕਾ ਤੱਕ ਨਹੀਂ ਸਵਾਰਿਆ ਕੱਲ ਨੂੰ ਇਹ ਐਮਪੀ ਬਣਾ ਕੇ ਤੁਸੀਂ ਕੀ ਸਵਾਰ ਲਓਗੇ ਇਹਦੇ ਕੋਲ ਤੇ ਮੈਂ ਉਹੀ ਕਹਿਣਾ ਪੰਜਾਬ ਦੇ ਲੋਕਾਂ ਨੂੰ ਉਹੀ ਮੈਂ ਬੀਜੇਪੀ ਸਰਕਾਰ ਨੂੰ ਕਹਿ ਰਿਹਾ ਜਿਹੜੇ ਬੰਦੇ ਨੇ ਪੰਜਾਬ ਦਾ ਢੱਕਾ ਤੋੜ ਕੇ ਦੂਰਾ ਨਹੀਂ ਕੀਤਾ ਉਹ ਤੁਹਾਡੀ ਸਰਕਾਰ ਦੇ ਵਿੱਚ ਆ ਕੇ ਕੀ ਕਰ ਦੂਗਾ ਕੀ ਹੋ ਸਕਦਾ ਮੈਂ ਤੁਹਾਨੂੰ ਇਹ ਦੱਸਾਂ ਮੈਂ ਵਾਰ-ਵਾਰ ਕਹਿ ਰਿਹਾ ਇਹ ਗੱਲ ਕਿ ਭਾਈ ਸਾਹਿਬ ਇਹਨਾਂ ਦੀ ਲੜਾਈ ਤੁਹਾਡੇ ਵਾਸਤੇ ਨਹੀਂਗੀ ਇਹਨਾਂ ਦੀ ਲੜਾਈ ਕੁਰਸੀਆਂ ਦੇ ਨਾਲ ਆ ਤੇ ਮੈਂ ਕਪਤਨ ਸਾਹਿਬ ਤੁਹਾਨੂੰ ਸਿਰਫ 2 ਮਿੰਟਾਂ ਦੀ ਗੱਲ ਕਹਿਣੀ ਚਾਹੂੰਗਾ ਤੁਹਾਨੂੰ ਤੁਸੀਂ ਰਹੇ ਹੋ ਕੁਰਸੀਆਂ ਤੇ ਤੁਸੀਂ ਰਹੇ ਹੋ ਮਹਿਲਾਂ ਦੇ ਵਿੱਚ ਤੁਹਾਨੂੰ ਕੁੱਲੀਆਂ ਦੇ ਸਵਾਦ ਦਾ ਪਤਾ ਨਹੀਂਗਾ ਕਾਸ਼ ਕਿਤੇ ਤੁਸੀਂ ਵੀ ਉਹ ਕੁੱਲੀਆਂ ਦੇ ਵਿੱਚ ਰਹੋ ਜਦੋਂ ਮੀਂਹ ਆਉਂਦਾ ਹੋਵੇ ਉਤੋਂ ਛੱਪਰ ਚੁੰਦਾ ਹੋਵੇ ਤੇ ਤੁਹਾਡੇ ਵੀ ਉੱਤੇ ਪਾਣੀ ਡਿੱਗਦਾ ਹੋਵੇ ਚਾਰ ਥਾਵਾਂ ਤੇ ਭਾਂਡੇ ਲਾਓ ਤਾਂ ਕਿ ਇਹ ਅੰਦਰ ਚਿੱਕੜ ਨਾ ਹੋਵੇ ਤਾਂ ਤੁਹਾਨੂੰ ਗਰੀਬੀ ਦਾ ਮਤਲਬ ਤਾਂ ਪਤਾ ਲੱਗੇ ਗਰੀਬਾਂ ਦੇ ਮਸੀਹਾ ਬਨਣ ਵਾਲਿਓ ਤੁਹਾਨੂੰ ਉਦੋਂ ਪਤਾ ਲੱਗੇ ਜਦੋਂ ਜਦੋਂ ਕੋਈ ਗਰੀਬ ਬੰਦਾ ਲੈਟਰਿੰਗ ਬਾਥਰੂਮ ਬਣਾਉਂਦਾ ਤੇ ਉਹਦੀ ਚਨਾਈ ਗਾਰੇ ਦੇ ਵਿੱਚ ਕਰਦਾ ਤੇ ਥੋੜੀ ਵੀ ਬਾਥਰੂਮਾਂ ਦੀ ਚਨਾਈ ਗਾਰੇ ਦੇ ਵਿੱਚ ਹੋਈ ਹੋਵੇ ਤੁਹਾਨੂੰ ਵੀ ਪਤਾ ਲੱਗੇ ਧੁੱਪ ਤੇ ਛੱਤ ਕੀ ਚੀਜ਼ ਹੁੰਦੀ ਆ ਜਿਉ ਛੱਤ ਨਾ ਹੋਵੇ ਤਾਂ ਧੁੱਪ ਲੱਗਦੀ ਆ ਤੁਹਾਨੂੰ ਵੀ ਪਤਾ ਹੋਵੇ ਮਹਿਲਾ ਚ ਰਹਿਣ ਵਾਲਿਆਂ ਨੂੰ ਤੁਹਾਡੇ ਕੋਲ ਵੀ ਇੱਕ ਕਮਰਾ ਹੋਵੇ ਉਸ ਕਮਰੇ ਦੇ ਵਿੱਚ ਤੁਹਾਡੇ ਦੇ ਜੋ ਰਿਸ਼ਤੇਦਾਰ ਹੋਣ ਤੁਹਾਡਾ ਮਾਪਾ ਬੈਠਾ ਹੋਵੇ ਤੁਸੀਂ ਬੈਠੇ ਹੋਵੋ ਤੁਸੀਂ ਕੋਈ ਆਪਣੀ ਗੱਲ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਮੀ ਬਦਲ ਗੱਜੇ ਤਾਂ ਤੁਹਾਨੂੰ ਟੈਨਸ਼ਨ ਨਾ ਬਣ ਜਣ ਕਿ ਛੱਤ ਤਾਂ ਚੁੰਦੀ ਆ ਉਦੋਂ ਤੁਹਾਨੂੰ ਦੱਸੀਏ ਗਰੀਬਾਂ ਦੇ ਮਸੀਹ ਹੋ ਗਰੀਬੀ ਹੁੰਦੀ ਕੀ ਚੀਜ਼ ਆ ਤੁਹਾਨੂੰ ਅਸੀਂ ਉਦੋਂ ਵੇਖੀਏ ਜਦ ਕਿਸੇ ਦੇ 10 ਦਿਨ ਤੁਸੀਂ ਮਜ਼ਦੂਰੀ ਕੀਤੀ ਹੋਵੇ ਓ ਮਜ਼ਦੂਰੀ ਨੇ ਤੁਹਾਨੂੰ ਪੈਸੇ ਨਾ ਮਿਲੇ ਹੁਣ ਤੇ ਤੁਹਾਡੇ ਬੱਚਿਆਂ ਦੇ ਕੋਲ ਇੱਕ ਪੈਨਸਲ ਜਾਂ ਪੈਨ ਨਾ ਹੋਵੇ ਤੇ ਤੁਹਾਡੇ ਘਰ ਜਦੋਂ ਰੱਛ ਨਾ ਹੋਵੇ ਪੀਪਾ ਚੱਕੋਂ ਦੋਦੇ ਵਿੱਚ ਖੰਡ ਨਾ ਹੋਵੇ ਡੱਬਾ ਚੱਕੋਂ ਦੋਦੇ ਵਿੱਚ ਮਿਰਚਾਂ ਨਾ ਹੋਣ ਚੌਲਾ ਵਾਲੇ ਭਾਂਡੇ ਨੂੰ ਹੱਥ ਲਾਵੋ ਤੇ ਉਹ ਪੀਪਾ ਖਾਲੀ ਹੋਵੇ ਤੁਹਾਨੂੰ ਗਰੀਬੀ ਉਦੋਂ ਦੱਸੀਏ ਗਰੀਬੀ ਹੁੰਦੀ ਕੀ ਚੀਜ਼ਾ ਉਹ ਕਰੋੜਾ ਪਤੀਓ ਉਹ ਅਰਬਾ ਪਤੀਓ ਔਰ ਬਾਪ ਪਤੀਓ اربਾਂ ਦੇ ਵਿੱਚ ਰਹਿਣ ਵਾਲਿਓ ਤੁਸੀਂ ਕਰੋੜਾਂ ਦੀਆਂ ਕੁਰਸੀਆਂ ਤੇ ਬਹਿ ਕੇ ਲੱਖਾਂ ਦੀਆਂ ਕੁਰਸੀਆਂ ਤੇ ਬਹਿਣ ਵਾਲਿਓ ਤੁਹਾਨੂੰ ਗਰੀਬੀ ਦਾ ਪਤਾ ਹੀ ਨਹੀਂ ਗਰੀਬੀ ਹੁੰਦੀ ਕੀ ਚੀਜ਼ ਆ ਤੁਸੀਂ ਅਜੇ ਤੱਕ ਗਰੀਬੀ ਵਾਸਤੇ ਲੜਿਆ ਹੀ ਨਹੀਂ ਤੁਸੀਂ ਲੜੇ ਤਾਂ ਆਪਦੀ ਅਮੀਰੀ ਵਾਸਤੇ ਆ ਤੁਹਾਨੂੰ ਅਜੇ ਤੱਕ ਗਰੀਬੀ ਦੇ ਨਾਂ ਦਾ ਪਤਾ ਨਹੀਂ ਜੇ ਗਰੀਬੀ ਵੇਖਣੀ ਆ ਇਹ ਚੀਜ਼ਾਂ ਨੂੰ ਅਪਣਾਓ ਜੇਕਰ ਤੁਸੀਂ ਗਰੀਬੀ ਚੱਕਣੀ ਹੁੰਦੀ ਤੇ ਅੱਜ ਤੱਕ ਦੇਸ਼ ਦੇ ਵਿੱਚ ਗਰੀਬੀ ਨਹੀਂ ਹੋਣੀ ਸੀ ਤੁਸੀਂ ਲੋਕਾਂ ਨੂੰ ਲਾਰੇ ਲਾਲਾ ਕੇ ਆਪ ਦੀ ਸਰਕਾਰ ਬਣਾਉਣ ਵਾਲਿਓ ਤੁਹਾਨੂੰ ਪਤਾ ਹੋਵੇ ਗਰੀਬੀ ਕੀ ਚੀਜ਼ ਹੁੰਦੀ ਆ ਤੁਹਾਨੂੰ ਉਹ ਮਾਵਾਂ ਦਾ ਦਰਦ ਹੋਵੇ ਤੁਸੀਂ ਜਾਣਦੇ ਆ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਘੁੰਮਣ ਕਮਾਉਣ ਨੂੰ ਤੇ ਜਿਹੜੀਆਂ ਮਾਵਾਂ ਦੇ ਇਥੋਂ ਪੁੱਤ ਜਾਂਦੇ ਆ ਬਾਹਰ ਉਹ ਜਾਂਦੇ ਉੱਥੇ ਰੋਟੀ ਖਾਣ ਨੂੰ ਤੇ ਆਪਦਾ ਘਰ ਚਲਾਉਣ ਨੂੰ ਜਦੋਂ ਕਿਸੇ ਦਾ ਐਨ ਆਰ ਆਈ ਦਾ ਮਾਪੇ ਬਿਮਾਰ ਹੁੰਦਾ ਉਹ ਤਾਂ ਕਹਿ ਦਿੰਦਾ ਪਪਾ ਗੋਲੀ ਲੈ ਲਾ ਪਰ ਉਹਦੋਂ ਆ ਕੋਲ ਨਹੀਂ ਹੁੰਦਾ ਜਦੋਂ ਉਹਦੇ ਮਾਂ ਬਾਪ ਦੀ ਡੈਥ ਹੁੰਦੀ ਆ ਉਦੋਂ ਉਹ ਕੋਲ ਨਹੀਂ ਹੁੰਦਾ ਵੀਡੀਓ ਕਾਲ ਤੇ ਉਹਨੂੰ ਉਹਦਾ ਮਾਂ ਬਾਪ ਵਿਖਾਉਣਾ ਪੈਂਦਾ ਵੀ ਆਹ ਤੇਰਾ ਮਾਂ ਬਾਪ ਤੈਨੂੰ ਅਲਵੀ ਦਾ ਕਹਿ ਚੱਲਿਆ ਆਹ ਇਸ ਟਾਈਮ ਸ਼ਮਸ਼ਾਨ ਘਰ ਦੇ ਵਿੱਚ ਪਿਆ ਤੇ ਤੁਹਾਨੂੰ ਕੀ ਪਤਾ ਗਰੀਬੀ ਕਿਹੜੀ ਚੀਜ਼ ਆ ਉਹ ਜਿਹੜੇ ਬੰਦੇ ਰੋਟੀ ਵਾਸਤੇ ਨਿਕਲਦੇ ਓਏ ਉਹਨਾਂ ਨੂੰ ਪੁੱਛੋ ਗਰੀਬੀ ਕੀ ਹੁੰਦੀ ਆ ਤੁਸੀਂ ਗਰੀਬਾਂ ਦੀ ਲੜਾਈ ਨਹੀਂ ਲੜਦੇ ਤੁਸੀਂ ਕੁਰਸੀਆਂ ਦੀ ਲੜਾਈ ਲੜਦੇ ਆ ਸਭ ਤੋਂ ਜ਼ਿਆਦਾ ਬੇਕਾਰ ਸਾਡੇ ਲੋਕ 80% ਸਾਡੇ ਪੰਜਾਬ ਦੇ ਲੋਕ ਆ ਜਿਹੜੇ ਥੋੜੇ ਮਗਰ ਲੱਗਦੇ ਆ ਜਿਹੜੇ ਮਗਰ ਲੱਗਣ ਵਾਲੇ ਲੋਕ ਉਹ ਲੀਡਰਿੰਗਾਂ ਦੇ ਭੁੱਖੇ ਆ ਉਹ ਚਿੱਟੇ ਕੁਰਤੇ ਪਾਵੇਂ ਪਾਉਣ ਦੇ ਸ਼ਕੀਨ ਉਹਨਾਂ ਨੂੰ ਗੱਡੀਆਂ ਦੇ ਵਿੱਚ ਰਹਿਣ ਦਾ ਛੌਂਕ ਆ ਉਹ ਤੁਹਾਡੀ ਤੁਹਾਡੀ ਮਤਲਬ ਚਾਪਲੂਸੀ ਕਰਦੇ ਆ ਤੇ ਜਿਹੜੇ ਲੋਕ ਉਹਨਾਂ ਦੇ ਮਗਰ ਲੱਗ ਕੇ ਵੋਟਾਂ ਪਾਉਂਦੇ ਆ ਬਾਅਦ ਦੇ ਵਿੱਚ 5 ਸਾਲ ਉਹ ਚਾਪਲੂਸੀ ਕਰਦੇ ਆ ਤੁਸੀਂ ਗਰੀਬਾਂ ਗਰੁੱਪਾਂ ਵਾਸਤੇ ਨਹੀਂ ਗਏ ਤੁਸੀਂ ਸਿਰਫ ਤੇ ਸਿਰਫ ਉਹਨਾਂ ਦਾ ਕਹੋ ਉਹਨਾਂ ਦੀ ਖੱਟੀ ਖਾਨ ਵਾਲੇ ਆ ਗਰੀਬਾਂ ਦੀ ਫਿਰ ਦੂਜੀ ਗੱਲ ਇਹ ਸੁਣੋ ਸਾਰੇ ਨੇਤਾ ਨੂੰ ਕਹਿਣਾ ਜਿੰਨੇ ਆਪਣੇ ਮੰਤਰੀ ਆ ਥੋੜਾ ਜਦੋਂ ਕਦੇ ਬਾਪ ਬਿਮਾਰ ਹੋਵੇ ਮੈਂ ਮਾਫੀ ਚਾਹੁੰਦਾ ਇਹੋ ਜਿਹਾ ਕਦੇ ਪ੍ਰਮਾਤਮਾ ਕਦੇ ਦੇਣਾ ਲਿਆਵੇ ਜਦੋਂ ਕੋਈ ਗਰੀਬ ਬੰਦਾ ਤੁਸੀਂ ਵੀ ਗਰੀਬ ਹੋਵੋ ਪਿਓ ਮੰਜੇ ਤੇ ਪਿਆ ਹੋਵੇ ਜੇਬ ਵਿੱਚ 300 ਰੁਪਏ ਹੋਣ ਤੇ ਪਿਓ ਕਹਿੰਦਾ ਹੋਵੇ ਮੈਨੂੰ 2000 ਰੁਪਏ ਚਾਹੀਦਾ ਦਵਾਈ ਵਾਸਤੇ 1800 ਰੁਪਏ ਦਵਾਈ ਹੋਊਗੀ 200 ਰੁਪਏ ਕਿਰਾਇਆ ਹੋਊਗਾ ਚਲੋ ਜਾਣੇ ਮੈਂ ਫਲ ਫਲੂਟ ਰਾਤ ਨਾ ਖਾਊਂਗਾ ਪਰ ਮੈਨੂੰ 2000 ਰੁਪਏ ਚਾਹੀਦਾ ਤੇ 30 ਰੁਪਏ ਜੇਬ 'ਚ ਹੋਣ ਪਿਓ ਤੁਹਾਡਾ ਮੰਜੇ ਤੇ ਰੋਵੇ ਤੁਸੀਂ ਜਾ ਕੇ ਅੰਦਰ ਰੋ ਕਮਰੇ ਦੇ ਤੁਹਾਨੂੰ ਪਤਾ ਲੱਗੇ ਗਰੀਬੀ ਕੀ ਚੀਜ਼ ਹੁੰਦੀ ਆ ਤੁਹਾਨੂੰ ਗਰੀਬੀ ਦਾ ਕੋਈ ਪਤਾ ਨਹੀਂ ਜਾਂ ਤੁਹਾਡੇ ਬੱਚੇ ਚੀਕਾਂ ਮਾਰਦੇ ਹੁਣ ਕਿ ਡੈਡੀ ਮੈਂ ਦਵਾਈ ਲੈਣੀ ਆ ਉਹ ਤੁਹਾਡੇ ਘਰ ਵਾਲੀ ਕਹੇ ਕਿ ਬੋਲਦਾ ਨਹੀਂ ਦਵਾਈ ਨੂੰ ਪੈਸੇ ਹੈ ਨਹੀਂ ਕਿ ਕੋਈ ਕਾਂਡੇ ਵਿੱਚ ਦਗੇ ਕਾਂਡੇ ਦਾ ਤਾਂ ਵਿੱਚ ਅੰਜੇ ਸੋਨਾ ਕੋਲ ਹੋਵੇ ਤੁਸੀਂ ਵੇਖੋ ਜੇ ਕਿਹੜੇ ਗਰੀਬਾਂ ਦੇ ਸੋਨੇ ਚਾਂਦੀ ਤੱਕ ਨਹੀਂ ਪਾਈ ਜਾਂਦੀ ਤੁਸੀਂ ਲੋਕ ਗਰੀਬਾਂ ਦੀਆਂ ਖੱਟੀਆਂ ਖਾਣ ਵਾਲੇ ਉਹ ਤੁਸੀਂ 51 51000 ਰੁਪਿਆ ਦੀਆਂ ਸਕੀਮਾਂ ਦੇਣ ਵਾਲੇ ਉਹ ਤੁਸੀਂ ਆਟਾ ਰਾਚਨ ਦਾਲ ਤੇ ਵਰਾਉਣ ਵਾਲੇ ਤੇ ਜਿਹੜੇ ਵਿਰਨ ਵਾਲੇ ਉਹਨਾਂ ਦੇ ਘਰ ਜਾ ਕੇ ਵੇਖੋ ਤੁਸੀਂ ਉਹਨਾਂ ਦੀ ਔਕਾਤ ਯਾਦ ਦਿਵਾਉਨੇ ਆ ਕਿ ਥੋੜੀ ਔਕਾਤ ਹੈ ਪਰ ਇੱਕ ਦਿਨ ਯਾਦ ਰੱਖੋ ਨਿਆ ਹੋਊਗਾ ਕੈਪਟਨ ਸਾਹਿਬ ਨਿਆ ਹੋਊਗਾ ਮੈਨੂੰ ਤੁਹਾਡੇ ਤੇ ਕੋਈ ਦੁੱਖ ਨਹੀਂ ਕਿਉਂਕਿ ਮੈਨੂੰ ਪਤਾ ਤੁਹਾਡੀ ਲੜਾਈ ਲੋਕਾਂ ਵਾਸਤੇ ਨਹੀਂਗੀ ਮੈਨੂੰ ਤੁਹਾਡੇ ਤੇ ਕੋਈ ਨਾਰਾਜ਼ਗੀ ਨਹੀਂ ਮੈਨੂੰ ਪਤਾ ਤੁਹਾਡੀ ਲੜਾਈ ਲੋਕਾਂ ਵਾਸਤੇ ਨਹੀਂਗੀ ਤੁਹਾਡੀ ਲੜਾਈ ਤੁਸੀਂ ਰਾਜੇ ਲੋਕਾਂ ਤੁਹਾਡੀ ਰਾਜ ਭਾਗ ਦੀ ਲੜਾਈ ਆ ਮੈਨੂੰ ਗੁੱਸਾ ਤਾਂ ਮੈਨੂੰ ਉਹਨਾਂ ਲੋਕਾਂ ਤੇ ਆ ਜਿਹੜੇ ਲੋਕ ਤੁਹਾਡੇ ਮਗਰ ਲੱਗ ਕੇ ਰਾਜ ਭਾਗ ਤੁਹਾਨੂੰ ਦਬਾਉਂਦੇ ਆ ਗੁੱਸਾ ਤਾਂ ਮੈਨੂੰ ਉਹਨਾਂ ਲੋਕਾਂ ਤੇ ਆ ਮੈਨੂੰ ਤਾਂ ਉਹ ਕਵਾ ਰੋਈ ਜਾਂਦੀ ਆ ਲੱਕੜ ਕਵਾੜਾ ਕਹਿੰਦਾ ਕਿਉਂ ਰੋਂਨੀ ਆ ਕਹਿੰਦੀ ਮੋਇਆ ਮੈਂ ਤੇਰੇ ਤੇ ਨਹੀਂ ਰੋਂਦੀ ਰੋਂਨੀ ਤਾਂ ਮੈਂ ਦਸਤੇ ਤੇ ਆ ਜਿਹੜਾ ਬਿਮਾਰੀ ਪੈਣਾ ਸਾਨੂੰ ਵੱਡੀ ਤੁਰਿਆ ਹੁੰਦਾ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਿ ਰਹੇ ਸਾਨੂੰ ਤਾਂ ਦਸਤੇ ਵਾਲੇ ਵੇਖ ਵੇਖ ਕੇ ਰੋਣ ਆਉਂਦਾ ਸਾਨੂੰ ਤਾਂ ਆਪਦੇ ਵਾਲੇ ਵੇਖ ਕੇ ਰੋਣ ਆਉਂਦਾ ਸਾਨੂੰ ਤਾਂ ਸਾਡੇ ਆਪ ਦੇ ਲੈ ਦੇ ਕੇ ਬਹਿ ਗਏ ਸਾਡੇ ਆਪ ਦੇ ਲੋਕ ਥੋੜੇ ਮਗਰ ਲੱਗੇ ਸਾਡੇ ਉਹ ਮਗਰ ਲੱਗਦੇ ਆ ਉਹਨਾਂ ਦੇ ਮਗਰ ਸਾਡਾ ਉਹ ਇੱਕ ਬੰਦਾ ਹਜ਼ਾਰ ਹਜ਼ਾਰ ਬੰਦਾ ਖਿੱਚ ਲੈਂਦਾ ਉਹ ਲੀਡਰੀ ਦੇ ਵਿੱਚ ਪੈ ਜਾਂਦਾ ਪਰ ਸਾਡੇ ਪੱਲੇ ਕੱਖ ਨਹੀਂ ਰਹਿੰਦਾ ਤੇ ਇਸੇ ਤਰ੍ਹਾਂ ਦੇਸ਼ ਚੱਲੀ ਜਾਂਦਾ ਇਸੇ ਤਰ੍ਹਾਂ ਦੇਸ਼ ਚੱਲਦਾ ਰਿਹਾ ਲੜਾਈ ਚੱਲੀ ਅਖੇ ਮਨੁਵਾਦੀਆਂ ਨੂੰ ਭਜਾਓ ਦੇਸ਼ ਚੰਗਾ ਹੋ ਜੂ ਜਦੋਂ ਮਨੁਵਾਦੀਆਂ ਨੂੰ ਭਜਾਇਆ ਤਾਂ ਅੰਗਰੇਜ਼ ਆਏ ਅਖੇ ਅੰਗਰੇਜ਼ਾਂ ਨੂੰ ਬਾਹਰ ਕੱਢੋ ਦੇਸ਼ ਚੰਗਾ ਹੋ ਜੂ ਅੰਗਰੇਜ਼ ਬਾਹਰ ਕੱਢੇ ਤਾਂ ਕਾਲੇ ਅੰਗਰੇਜ਼ ਆ ਗਏ ਕਾਲੇ ਅੰਗਰੇਜ਼ਾਂ ਨੂੰ ਕਹਿੰਦੇ ਕਿੱਥੋਂ ਹਟਾਈਏ ਉਹ ਆਪ ਆਪੋ ਆਪਸ ਵਿੱਚ ਪਾਲਟੀਆਂ ਬਦਲੀ ਜਾਂਦੇ ਆ ਚਲੋ ਜੀ ਮੇਰਾ ਪਾਰਟੀ ਨੇ ਮੈਨੂੰ ਆ ਪ੍ਰਧਾਨਗੀ ਨਹੀਂ ਦਿੱਤੀ ਆ ਪਾ ਤੁਹਾਡੇ ਵੱਲ ਆ ਜਾਣੇ ਆ ਉਸੇ ਤਰ੍ਹਾਂ ਸਿੱਧਾ ਸਬੂਤ ਹੁੰਦਾ ਹੁਣ ਇੱਕ ਗੱਲ ਮੈਂ ਇੱਥੇ ਹੋਰ ਕਹਿਣਾ ਸੁਨੀਲ ਜਾਖੜ ਐਸਸੀ ਕੈਟਾਗਰੀ ਨੂੰ ਇੰਨਾ ਮਾੜਾ ਬੋਲੇ ਕਾਂਗਰਸ ਨੇ ਬਾਹਰ ਕੱਢਿਆ ਤੇ ਬੀਜੇਪੀ ਨੇ ਅੰਦਰ ਲੈ ਲਿਆ ਇਹਦਾ ਮਤਲਬ ਇਹ ਆ ਕਿ ਬੀਜੇਪੀ ਜੁੱਤੀ ਤਾਂ ਸਮਝਦੀ ਆ ਫਿਰ ਐਸਸੀ ਕੈਟਾਗਰੀ ਦੇ ਲੋਕਾਂ ਨੂੰ ਪਰ ਐਸਸੀ ਕੈਟਾਗਰੀ ਦੇ ਲੋਕ ਤੁਹਾਡੇ ਮਗਰ ਲੱਗਣਗੇ ਇਹ ਹੀ ਤਾਂ ਸਿਆਪੇ ਇੱਥੇ ਕਰੀਏ ਕੀ ਲੋਕ ਮਜ਼ਦੂਰ ਐ ਕਹਿੰਦੇ ਮੈਂ ਵੀ ਮਜ਼ਦੂਰ ਆ ਮੈਨੂੰ ਕਹਿੰਦੇ ਬੀਜੇਪੀ ਵਾਲਿਆਂ ਨੇ ਮਜ਼ਦੂਰਾਂ ਵਾਸਤੇ ਪੰਜਾਬ ਚ ਬਹੁਤ ਚੰਗਾ ਕਰਨਾ ਮੈਂ ਕਿਹਾ ਜਿਹੜਾ ਯੂਪੀ ਬਿਹਾਰ ਦੇ ਮਜ਼ਦੂਰ ਇੱਧਰ ਆਈ ਜਾਂਦੇ ਉਹਨਾਂ ਦਾ ਕਿਉਂ ਨਾ ਚੰਗਾ ਕੀਤਾ ਸੋਚਣ ਸਮਝਣ ਵਾਲੀ ਗੱਲ ਆ ਪੰਜਾਬ ਦੇ ਲੋਕੋ ਪਰ ਅਫਸੋਸ ਦੀ ਗੱਲ ਇਹ ਆ ਸਾਡੇ ਵਾਸਤੇ ਆਪਾਂ ਆਪਣੇ ਵਾਸਤੇ ਨਹੀਂ ਲੜੀ ਜਾਂਦੇ ਲੋਕਾਂ ਵਾਸਤੇ ਕੀ ਲੜਨਾ ਕਿਸੇ ਦੀ ਲੜਾਈ ਲੋਕਾਂ ਵਾਸਤੇ ਨਹੀਂ ਕੀ ਘਰ ਘਰ ਦੀ ਲੜਾਈ ਚੱਲ ਪਈ ਕੋਈ ਕੁਰਸੀਆਂ ਵਾਸਤੇ ਲੜੀ ਜਾਂਦਾ ਕੋਈ ਰੋਟੀਆਂ ਵਾਸਤੇ ਲੜੀ ਜਾਂਦਾ ਬਸ ਤੁਸੀਂ ਕੁਝ ਸੰਗਤ ਤੇ ਲੜੋ ਅਸੀਂ ਰੋਟੀਆਂ ਵਾਸਤੇ ਲੜੀ ਜਾਂਦੇ ਆ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹਨਾ ਸਾਡੇ ਤਾਂ ਜਿਹੜੇ ਲੋਕ ਗਰੀਬ ਆ ਉਹਨਾਂ ਦੀਆਂ ਧੀਆਂ ਧਿਆਣੀਆਂ ਬਾਥਰੂਮਾਂ ਦੇ ਨਾਲ ਪੱਲੀਆਂ ਲਾ ਲਾ ਨਾ ਲੈਂਦੀਆਂ ਥੋੜੀਆਂ ਧੀਆਂ ਧਿਆਣੀਆਂ ਦੀ ਥੋੜੇ ਬੱਚਿਆਂ ਦੀ ਤਾਂ ਇੱਜ਼ਤ ਆ ਸਾਡੇ ਗਰੀਬਾਂ ਦੇ ਬੱਚਿਆਂ ਦੀ ਕਿਹੜੀ ਇੱਜ਼ਤ ਹੁੰਦੀ ਆ ਤੁਸੀਂ ਰੇਤ ਦਾ ਰੇਟ ਵਧਾਓ ਬਸ 50 ਹਜ਼ਾਰ ਨੂੰ ਟਰਾਲੀ ਕਰੋ 5 ਲੱਖ ਨੂੰ ਟਰਾਲੀ ਕਰੋ ਤੁਸੀਂ ਕਹੋ ਰੇਤਾ ਦੇਣਾ ਹੀ ਨਹੀਂ ਇੱਟਾਂ ਦਾ ਰੇਟ ਵਧਾ ਦਿਓ ਕੋਕ ਲੱਕਣਾ ਲੱਕਣਾ ਦਾ ਵੀ ਰੇਟ ਵਧਾ ਦਿਓ ਕਿਉਂਕਿ ਗਰੀਬਾਂ ਦੀ ਕੋਈ ਇੱਜ਼ਤ ਹੀ ਨਹੀਂ ਗਈ ਗਰੀਬ ਲੋਕਾਂ ਦੀ ਕੋਈ ਇੱਜ਼ਤ ਨਹੀਂ ਕਿਉਂਕਿ ਇੱਜ਼ਤ ਤੁਹਾਡੀ ਆ ਤੁਸੀਂ ਕੁਰਸੀਆਂ ਤੇ ਬਹਿਣ ਵਾਲੇ ਆ ਇਹ ਲੋਕ ਥੱਲੇ ਭੂੰਗੇ ਬਹਿਣ ਵਾਲੇ ਆ ਇਹਨਾਂ ਦੀ ਕਿਹੜੀ ਇੱਜ਼ਤ ਆ ਇੱਜ਼ਤ ਤਾਂ ਤੁਹਾਡੀ ਆ ਤੁਸੀਂ ਇਹ ਚੀਜ਼ਾਂ ਮਹਿੰਗੀਆਂ ਕਰ ਦਿਓ ਰੋਟੀਆਂ ਦਾ ਰੇਟ ਵਧਾ ਦਿਓ ਆਟੇ ਦਾ ਰੇਟ ਵਧਾ ਦਿਓ ਲੱਖਾਂ ਰੁਪਏ ਕਿਲੋ ਆਟਾ ਕਰ ਦਿਓ ਤਾਂ ਕਿ ਜਿਹੜੇ ਲੋਕ ਰੋਟੀ ਨਾ ਖਾ ਸਕਣ ਤੁਸੀਂ ਇਹ ਕਹੋ ਕਿ ਰੋਟੀ ਤਾਂ امیر ਲੋਕ ਖਾਂਦੇ ਆ ਰਾਜੇ ਲੋਕ ਖਾਂਦੇ ਆ ਗਰੀਬ ਲੋਕ ਤਾਂ ਮਿੱਟੀ ਚੜਦੇ ਆ ਤੁਸੀਂ ਇਹ ਚੀਜ਼ ਕਿਹ ਕਹਿ ਸਕੋ ਇਹ ਚੀਜ਼ਾਂ ਹੋਣਗੀਆਂ ਹੌਲੀ 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 ਖਾਣ ਪੀਣ ਵਾਲੇ ਪਦਾਰਥਾਂ ਦਾ ਰੇਟ ਵਧਾ ਦਿੱਤੇ ਹੌਲੀ ਹੌਲੀ ਹੋ ਜਾਣਗੇ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ